राधा स्वामी सत्संगियों के नाल भरी हुई बस का एक्सीडेंट होया। दस दिए कि ट्रैक्टर ट्राली के नाल बस टकरा गई, जिस दे नाल बस दे विच सवार ड्राइवर की मौत हो गई। 18 श्रद्धालुओं के सट्टां लगियां ने, जिन्हां नूं हस्पताल दे विच भर्ती करवाया गया। तस्वीरां बरनाला दे हंडियाए चौक दे कोल दियां ने, जिथे राधा स्वामी सत्संगियों के नाल भरी हुई बस का ट्रैक्टर ट्राली के नाल जबरदस्त एक्सीडेंट होया। मानसा दे सतसंग घर दे विच ये बस जा रही सी, जिस दे विच सतसंगी सवार सन। जख्मी श्रद्धालुओं नूं हॉस्पिटल दे विच इलाज लई दाखल करवाया गया, और टक्कर इन्नी भयानक सी कि ट्राली पलट गई और बस आ जिहड़ी उह दरख्त नाल जा टकराई। मौके ते पुलिस अधिकारी पहुंचे, जिन्हां ने हालातां दा जायजा लिया, और ये बस मानसा दे सतसंग घर दे विच जा रही सी, और इस दे विच राधा स्वामी जो ब्यास डेरे दे नाल संबंधित ने वो सतसंगी जा रहे सी। तां बरनाला दे हंडियाए चौंक दे कोल ये भयानक सड़की हादसा होया। 18 सतसंगियों दे सट्टां लगियां ने, जिन्हां नूं हस्पताल दे विच भर्ती करवाया गया, और जो बस चला रहा सी उस ड्राइवर की मौके ते जान निकल गई। हादसा कितना भयानक सी ਉਹ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਰਾਧਾ ਸਵਾਮੀ ਸਤਸੰਗੀਆਂ ਦਾ ਐਕਸੀਡੈਂਟ ਹੋਇਆ। ਟਰੈਕਟਰ ਟਰਾਲੀ ਦੇ ਨਾਲ ਉਹਨਾਂ ਦੀ ਬੱਸ ਟਕਰਾਈ, ਟਰਾਲੀ ਮੌਕੇ 'ਤੇ ਪਲਟ ਗਈ ਔਰ ਬੱਸ ਆ ਜਿਹੜੀ ਉਹ ਦਰਖਤ ਨਾਲ ਜਾ ਟਕਰਾਈ। ਮੌਕੇ 'ਤੇ ਜ਼ਖਮੀਆਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬੱਸ ਦੇ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਹੈ ਕਿ ਆਖਿਰਕਾਰ ਕਿਸ ਦੀ ਗਲਤੀ ਦੇ ਨਾਲ ਇੰਨਾ ਭਿਆਨਕ ਸੜਕੀ ਹਾਦਸਾ ਹੋਇਆ ਔਰ ਇਸ ਦੇ ਪਿੱਛੇ ਵਜ੍ਹਾ ਕੀ ਰਹੀ। ਇਹ ਨਾ ਜੀ, ਮਾਨਸਾ ਬਰਨਾਲਾ ਰੋਡ 'ਤੇ ਨੇੜੇ ਹੰਡਿਆਇਆ ਗਊਸ਼ਾਲਾ ਦੇ ਨੇੜੇ ਮਾਨਸਾ ਰੋਡ 'ਤੇ ਐਕਸੀਡੈਂਟ ਹੋਇਆ। ਇਹ ਡੇਰਾ ਬਿਆਸ ਮਾਨਸਾ ਤੋਂ ਬੱਸ ਆਈ ਸੀ, ਸੰਗਤ ਦੀ ਬੱਸ ਸੀ। ਇਹ ਡੇਰਾ ਬਿਆਸ ਮੇਨ ਬਿਆਸ ਜਾ ਰਹੀ ਸੀ, ਉੱਥੇ ਮੂਹਰੇ ਟਰਾਲੀ ਸੀ, ਪਿੱਛੋਂ ਟੱਕਰ ਵੱਜੀ ਹੈਗੀ ਅਤੇ ਸਾਨੂੰ ਕਾਲ ਆਈ ਸੀ। ਤੁਰੰਤ ਅਸੀਂ ਮੌਕੇ 'ਤੇ ਜਾ ਕੇ ਸਵਾਰੀਆਂ ਜੋ ਇੰਜਰਡ ਸੀ ਉਹਨਾਂ ਨੂੰ ਤੁਰੰਤ ਅਸੀਂ ਮਤਲਬ ਐਂਬੂਲੈਂਸਾਂ ਰਾਹੀਂ ਹਸਪਤਾਲ ਭੇਜ ਦਿੱਤਾ ਗਾ, ਅਤੇ ਇਲਾਜ ਦੇ ਦੌਰਾਨ ਇਲਾਜ ਨੇ। ਬਾਕੀ ਜੇ ਪ੍ਰੋਪਰ ਪਤਾ ਲੱਗੂ ਵੀ ਕਿੰਨੀਆਂ ਸਵਾਰੀਆਂ ਇੰਜਰਡ ਸੀ, ਮੌਕੇ 'ਤੇ ਤੁਰੰਤ ਇਹਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜਿਆ ਗਿਆ ਸਰ। ਹਾਂਜੀ, ਉਹ ਵੈਸੇ ਪਤਾ ਲੱਗਿਆ ਜੇ ਮਤਲਬ ਵੀ ਡਰਾਈਵਰ ਸੀ ਜਿਹੜਾ ਉਹਦੀ ਮੌਤ ਹੋ ਚੁੱਕੀ ਆ, ਅਤੇ ਜ਼ਿਆਦਾ ਸੀਰੀਅਸ ਸੀ ਉਦੋਂ ਮੌਕੇ 'ਤੇ, ਅਤੇ ਤੁਰੰਤ ਉਹਨੂੰ ਵੀ ਸਿਵਲ ਹਸਪਤਾਲ 'ਚ ਇੱਥੇ ਭੇਜਤਾ ਸੀ ਐਂਬੂਲੈਂਸ ਰਾਹੀਂ, ਅਤੇ ਪਤਾ ਲੱਗਿਆ ਵੀ ਮੌਤ ਹੋ ਗਈ ਡਰਾਈਵਰ ਦੀ। ਅਸੀਂ ਦੇਖਦੇ ਹਾਂ ਜੀ, ਮਤਲਬ ਸਾਨੂੰ ਅਜੇ ਇਨਫੋਰਮੇਸ਼ਨ ਪ੍ਰੋਪਰ ਇਨਫੋਰਮੇਸ਼ਨ ਆਊ, ਬਾਕੀ ਜਿਹੜੇ ਜੋ ਬਿਆਨ ਦੇ ਆਧਾਰ 'ਤੇ ਜਿਵੇਂ ਵੀ ਮਤਲਬ ਇਹ ਕਰਨਗੇ ਕਾਰਵਾਈ ਅਮਲ 'ਚ ਲੈਂਦੀ। ਹਾਂਜੀ ਹਾਂ, ਮੌਕੇ 'ਤੇ ਖੜ੍ਹੇ ਨੇ ਉਹ ਵਹੀਕਲ। ਬਿਊਰੋ ਰਿਪੋਰਟ, ਨਿਊਜ਼ 18, ਪੰਜਾਬ।